ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਯਾਨੂ ਪਟੀ ਸਾਹਿਬ ਵੈਲਕਮ। ਸ਼ੁਕਰੀਆ ਜੀ, ਸ਼ੁਕਰੀਆ ਧੰਨਵਾਦ ਜੀ। ਤੁਹਾਡਾ ਕੀ ਹਾਲ ਚਾਲ ਹੈ? ਬਿਲਕੁਲ ਠੀਕ ਹੈ। ਅੱਛਾ, ਮਾਈਨਿੰਗ ਦੀਆਂ ਖਬਰਾਂ ਪੰਜਾਬ ਤੋਂ ਪੜ੍ਹਦੇ ਸਾਂ ਤੇ ਮਾਈਨਿੰਗ ਮਾਫੀਆ ਦੀਆਂ ਗੱਲਾਂ ਬਾਤਾਂ ਆਪਾਂ ਹਰ ਰੋਜ਼ ਸਮੇਂਦਰ ਸਮੇਂ ਕਰਦੇ ਹੀ ਰਹੇ। ਕਮੇ ਕਮੇ ਸਾਡੇ ਜਿਹੜੇ ਦੇਸ਼ ਦੇ ਸੂਬਿਆਂ ਦੇ ਮੁੱਖ ਮੰਤਰੀ ਨੇ ਉਹ ਕਿਤੇ ਹਵਾਈ ਗੇੜਾ ਵੀ ਮਾਰ ਲੈਂਦੇ ਨੇ ਦੂਰੋਂ, ਉਹ ਕੀ ਹੁੰਦਾ ਜੀ ਮਾਈਨਿੰਗ ਹੁੰਦੀ, ਚਲੋ ਇੱਥੋਂ ਨਿਕਲ ਚੱਲੋ, ਹੈ ਨਾ? ਆਪਣੇ ਬੰਦੇ ਹੋਣੇ ਆ। ਹਰਿਆਣਾ ਵਿੱਚ ਮਾਈਨਿੰਗ ਮਾਫੀਆ ਨੇ DSP ਸੁਰਿੰਦਰ ਸਿੰਘ ਬਿਸ਼ਨੋਈ ਨੂੰ ਜਿਸ ਤਰੀਕੇ ਦੇ ਨਾਲ ਉਹਦਾ ਕਤਲ ਕੀਤਾ, ਦਰੜਿਆ। ਗ੍ਰਹਿ ਮੰਤਰੀ ਸਾਹਿਬ ਕਹਿੰਦੇ ਸਖ਼ਤ ਕਾਰਵਾਈ ਕੀਤੀ ਜਾਵੇਗੀ, ਗੋਲੀ ਵੀ ਚੱਲੀ ਹੈ, ਦੋਸ਼ੀ ਫੱਟੜ ਹੋਏ ਨੇ। ਹਰਿਆਣੇ ਦੇ ਵਿੱਚ ਕਾਂਗਰਸ ਕਹਿੰਦਾ ਕਿ ਕੋਈ ਕਾਨੂੰਨਾਂ ਦੀ ਚੀਜ਼ ਨਹੀਂ ਹੈ, ਹੁਣ ਹੜਕੰਮ ਮੱਚਿਆ ਪਿਆ, ਕੀ ਕਹਿਣਾ ਚਾਹੋਗੇ? ਤੁਸੀਂ ਹਰਿਆਣੇ ਦੀ ਹਾਲਤ ਵੇਖ ਲਓ, ਇਸ ਵੇਲੇ ਦੀ ਹਾਲਤ ਬਣੀ ਪਈ ਹੈ ਕਿ ਜਿੰਨੇ ਵੀ ਬੰਦੇ ਜਿਹੜੇ ਸਿੱਧੂ ਮੂਸੇਵਾਲੇ ਨਾਲ ਰਹੇ ਨੇ ਉਹ ਜ਼ਿਆਦਾਤਰ ਸਮਾਂ ਹਰਿਆਣੇ ਚ ਰਹੇ। ਅੱਛਾ ਜੀ, ਹਰਿਆਣੇ ਤੋਂ ਹਥਿਆਰ ਸਪਲਾਈ ਹੋਏ ਸਾਰੇ, ਤੁਸੀਂ ਡਿਟੇਲ ਕਰਕੇ ਵੇਖ ਲਓ। ਅੱਜ ਬਕਾਇਦਾ ਤੌਰ ਤੇ ਸੁਰਿੰਦਰ ਸਿੰਘ ਬਿਸ਼ਨੋਈ ਨੂੰ ਇਲਾਕੇ ਦੇ ਵਿੱਚ ਇਹ ਤਾਬਰੂ ਵਿਖੇ DSP ਤਾਇਨਾਤ ਆ ਤੇ ਇਹਨੂੰ ਜਾਣਕਾਰੀ ਮਿਲੀ ਕਿ ਉੱਥੇ ਨਜਾਇਜ਼ ਮਾਈਨਿੰਗ ਹੋ ਰਹੀ ਹੈ ਤੇ ਇਹ ਆਪਣੇ ਨਾਲ ਦੋ ਸਿਪਾਹੀ ਲੈ ਕੇ ਆਪਣੀ ਗੱਡੀ ਲੈ ਕੇ ਗਿਆ। ਅਦੇ ਇੱਕ ਟਿੱਪਰ ਆਉਂਦਾ ਸੀ, ਟਿੱਪਰ ਨੂੰ ਆਉਣ ਤੋਂ ਰੋਕਿਆ ਨਾ ਵੀ ਤੂੰ ਕਿੱਥੇ ਜਾ ਰਿਹਾ, ਇਸ ਮਾਲ ਪਾ ਕੇ ਕਿੱਥੇ ਜਾ ਰਿਹਾ। ਉਹ ਟਿੱਪਰ ਨੇ ਰੋਕਣ ਦੀ ਬਜਾਏ ਉਹ DSP ਸਿੱਧੀ ਗੱਡੀ ਚਾੜ ਦਿੱਤੀ ਤੇ ਉਹ DSP ਦੀ ਮੌਕੇ ਤੇ ਗਿਆ। ਜਦੋਂ ਇਹ ਰੌਲਾ ਪਿਆ ਫਿਰ ਤੁਹਾਨੂੰ ਪਤਾ ਵੀ ਸਰਕਾਰ ਵੀ ਲੈਣੀ ਸੀ, ਜਿਹੜਾ ਸਾਡੇ ਗ੍ਰਹਿ ਮੰਤਰੀ ਸਾਹਿਬਾਂ ਨੇ ਲਗਿਜ ਨੇ ਜਿਹੜੇ ਸੌਦਾ ਸਾਹਿਬ ਦੇ ਜਾ ਕੇ ਉੱਥੇ ਚਰਨਾਂ 'ਚ ਮੱਥਾ ਟੇਕ ਕੇ ਕਹਿੰਦੇ ਸੀ ਬਾਬਾ ਜੀ ਆ ਲਓ, ਤੁਹਾਡੇ ਜਨਮ ਦੇ ਲੱਖ ਲੱਖ ਵਧਾਈ ਹੋਈ ਤੁਹਾਨੂੰ, 51 ਲੱਖ ਦਾ ਚੱਕਰ ਮੁੜ ਕੇ ਵਾਪਸ ਵੀ ਲੈ ਲਿਆ। ਚਲੋ ਕੋਈ ਗੱਲ ਨੀ, ਔਖਰੀ ਗੱਲ। ਉਹ ਕਹਿੰਦੇ ਜੀ ਮੈਂ ਦੇਸ਼ ਦੇ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਏਗੀ। ਚਾਵਲਾ ਸਾਹਿਬ ਕਾਹਦੀ ਸਖ਼ਤ ਕਾਰਵਾਈ ਕਰਨੀ? ਇਹਨਾਂ ਦੇ ਆਪਣੇ ਵਿਧਾਇਕ ਜਾ ਕੇ ਅਸਤੀਫੇ ਲੈ ਕੇ ਸਪੀਕਰ ਕੋਲੇ ਗਿਆ, ਜੀ ਸਾਡੇ ਅਸਤੀਫੇ ਲੈ ਲਓ, ਸਾਨੂੰ ਬਕਾਇਦਾ ਤੌਰ ਤੇ ਗੈਂਗਸਟਰ ਦੇ ਫੋਨ ਆਉਂਦੇ ਵੀ ਇੰਨੇ ਪੈਸੇ ਦੇ ਦੇ ਤੁਹਾਡੇ ਨਿਆਣੇ ਮਾਰਦੇ ਆ, ਅਸੀਂ ਸ਼ਿਕਾਇਤਾਂ ਕਰ ਚੁੱਕੇ ਤੇ ਕਾਰਵਾਈ ਨੂੰ ਨਹੀਂ, ਤੇ ਅਸੀਂ MLA ਬਣ ਕੇ ਕੀ ਲੈਣਾ, ਅਸੀਂ ਕਾਹਦੀ ਸਰਕਾਰ? ਇੱਕ ਕਾਂਗਰਸੀ MLA ਜਾ ਕੇ ਰੋ ਰੋ ਕੇ ਆਪਣਾ ਹਾਲ ਦੱਸਿਆ ਸਪੀਕਰ ਕਿ ਸਰਕਾਰ ਸੁੱਤੀ ਪਈ, ਸਰਕਾਰ ਕਾਰਵਾਈ ਨਹੀਂ ਕਰ ਰਹੀ। ਜੇ ਕਹਿ ਲਈਏ ਵੀ ਹਰਿਆਣਾ ਇਸ ਵੇਲੇ ਗੈਂਗਸਟਰ ਦੀ ਹੱਬ ਬਣਿਆ ਤੇ ਕੋਈ ਕਤਲੀ ਨਹੀਂ ਹੋਈ, ਜਿਹੜੇ ਕੱਲ ਬੰਦੇ ਫੜੇ ਗਏ ਉਹ ਵੀ ਹਰਿਆਣੇ ਦੇ ਸੀ, ਜਿਹੜੇ 4 ਬੰਦੇ ਫੜੇ ਗਏ ਇੱਕ ਫੱਟੜ ਹੋਇਆ। ਹੁਣ ਇਹ ਜਿਹੜਾ DSP ਸੀਗਾ ਇਹ ਜਦੋਂ ਗਿਆ ਤੇ ਗੱਡੀ ਚਾੜਤੀ, ਰੌਲਾ ਪਿਆ ਤੇ ਸਾਰੇ ਉੱਥੇ। ਹੁਣ ਇਹ ਵੀ ਕਹਿੰਦੇ ਆ ਵੀ ਜਿਹੜੇ ਉੱਥੇ ਪੱਤਰਕਾਰ ਉਹ ਕਹਿੰਦੇ 3 ਤੋਂ ਲੈ ਕੇ 4 ਲੱਖ ਕਰੋੜ ਰੁਪਏ ਦੀ ਇੱਥੇ ਬਕਾਇਦਾ ਤੌਰ ਤੇ ਹਰ ਸਾਲ ਜਿਹੜੀ ਆ ਉਹ ਮਾਈਨਿੰਗ ਹੁੰਦੀ, ਇੰਨੀ ਹੁੰਦੀ ਜੀ ਨਹੀਂ ਹੁੰਦੀ ਇਹ ਉਹਨਾਂ ਨੂੰ ਪਤਾ ਹੋ। ਅਰਵੜੀ ਪਰਬਤ ਹੈ ਉਹਨੂੰ ਬਲਾਸਟ ਕਰਕੇ ਉੱਥੇ ਮਾਈਨਿੰਗ ਕੀਤੀ ਜਾਂਦੀ, ਜਿਹੜਾ ਅੱਗਾ ਰਾਜਸਥਾਨ ਉਸ ਪਾਸੇ ਚਲੇ ਜਾਂਦਾ। ਕਹਿੰਦੇ ਵੀ ਜੇ ਉਹਦੀ ਜਿਹੜੀ ਏਜੰਸੀ ਉਹਦੀ ਜਿਹੜੀ ਸਿੱਧੀ ਹੈ ਦੂਜੇ ਪਾਸੇ ਹੁੰਦੀ, ਇੱਥੇ ਬਰਸਾਤ ਪੜੀ ਹੋਈ, ਹੁਣ ਉਹਨੂੰ ਤੋੜਿਆ ਜਾਂਦਾ। ਉਹ ਵੀ ਇੱਕ ਤੁਸੀਂ ਪਹਾੜ ਤੋੜ ਰਹੇ ਹੋ, ਕੁਦਰਤ ਦੇ ਜਿਹੜੀਆਂ ਅਸੂਲਾਂ ਦੇ ਖਿਲਾਫ ਜਾ ਰਹੇ ਹੋ, ਇਹ ਵੀ ਸਾਡੀ ਇੱਕ ਜਿਹੜੀ ਆ ਵਾਤਾਵਰਨ ਸੰਬੰਧਤ। ਸਰਕਾਰ ਕਿਉਂ ਨੀ ਕਾਰਵਾਈ ਕਰ? ਹੁਣ DSP ਦੇ ਉੱਤੇ ਜਦੋਂ ਇਹ ਮਾਰਿਆ ਗਿਆ ਤੇ ਫਿਰ ਉਸ ਵੇਲੇ ਫੋਰਸਾਂ ਪੁੱਜੀਆਂ, ਫੋਰਸਾਂ ਨੇ ਉਹਦਾ ਟਿੱਪਰ ਦਾ ਪਿੱਛਾ ਕੀਤਾ, ਉਹਦਾ ਗੋਲੀਬਾਰੀ ਕੀਤੀ, ਇਹਨਾਂ ਨੇ ਗੋਲੀ ਚਲਾਈ ਤੇ ਇੱਕ ਬੰਦੇ ਦੇ ਪੈਰ ਚ ਗੋਲੀ ਲੱਗੀ ਆ, ਉਹਨੂੰ ਫੜਿਆ ਇਹਨਾਂ ਨੇ, ਫਸਟ ਦੀ ਅਲਵਨ ਕਰਤ, ਬਾਕੀ 3 ਫਰਾਰ, ਉਹਨਾਂ ਦੇ ਪਿੱਛੇ ਪੁਲਿਸ ਲੱਗੀ ਆ, ਕਦੋਂ ਫੜੀ ਜਾਂਦੀ ਇਹ ਕੀ ਜਾਣਦਾ ਜੀ। ਆਮ ਬੰਦੇ ਮਰਦੇ ਤੇ ਅਸੀਂ ਪੁੱਛਦੇ ਨੀ ਸੀ, ਹੁਣ ਉਸਦਾ DSP ਮਰਨਾ ਛੁੱਟੀ ਜੀ ਗੱਲ। ਹੁਣ DSP ਦੇ 3 ਮਹੀਨੇ ਸਰਵਿਸ ਰਹਿੰਦੀ ਸੀ, 3 ਮਹੀਨੇ ਬਾਅਦ ਉਹਨੇ ਰਿਟਾਇਰ ਹੋ ਜਾਣਾ ਤੇ ਸਾਡੇ ਜਿਹੜੇ ਹੈਗੇ ਨੇ ਮੁੱਖ ਮੰਤਰੀ ਸਾਨੂੰ ਕਹਿੰਦੇ ਜੀ ਇਹਨਾਂ ਦੇ ਪਰਿਵਾਰ ਨਾਲ ਬੜੀ ਹਮਦਰਦੀ ਹੈ, ਸਾਡੀ ਅਫਸੋਸ ਆ ਇਹਨਾਂ ਦੀ ਮੌਤ ਹੋ ਗਈ ਹੈ, ਇਹਨਾਂ ਦੇ ਪਰਿਵਾਰ ਨੂੰ 1 ਕਰੋੜ ਰੁਪਇਆ ਮੁਆਵਜ਼ਾ ਦਿੱਤਾ ਜਾਵੇਗਾ ਤੇ ਇਹਨੂੰ ਸ਼ਹੀਦ ਦਾ ਦਰਜਾ ਦੇਣ ਦੇ ਨਾਲ ਇਹਨਾਂ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਵੀ ਦਿੱਤੀ ਜਾਵੇ। ਇਹ ਹਾਲਤ ਆ, ਜੇ ਇਹੋ ਜਿਹੀ ਹਾਲਤ ਸੂਬਿਆਂ ਦੀ ਹੋਈ ਪਈ ਆ, ਗੈਂਗਸਟਰ ਦਾ ਬੋਲਬੱਲਾ ਕੋਈ ਪੁੱਛਣ ਵਾਲਾ ਨਹੀਂ ਕਿ ਫਿਰ ਕੰਮ ਕਿਵੇਂ ਚੱਲੂ ਜੀ। ਅੱਛਾ, ਪਿੱਛੇ ਜੇ ਅਗਨੀਪਥ
ਦੀ ਬੜੀ ਚਰਚਾ ਚੱਲੀ ਜਿਹੜੇ ਫੌਜ 'ਚ ਭਰਤੀ ਕਰਨੇ ਨੇ। ਅਗਨੀਪਾਤ ਦੀਆਂ ਸਾਰੀਆਂ ਪਟੀਸ਼ਨਾਂ ਹੁਣ ਪਤਾ ਲੱਗਾ ਸੁਪਰੀਮ ਕੋਰਟ ਨੇ ਸੁਣਵਾਈ ਲਈ ਦਿੱਲੀ ਹਾਈ ਕੋਰਟ ਨੂੰ ਭੇਜੀਆਂ ਨੇ, ਕੀ ਕਹਿਣਾ ਚਾਹੋ? ਬਿਲਕੁਲ ਜੀ, ਸੁਪਰੀਮ ਕੋਰਟ ਕੋਲ ਕੰਮ ਤੇ ਹੈਗਾ ਬਹੁਤ ਜ਼ਿਆਦਾ, ਉਹਨਾਂ ਨੇ ਵੀ ਹਾਲ ਦੀ ਕੜੀ ਲਟਕਾਉਣ ਦਾ ਕੰਮ ਕਰ ਦਿੱਤਾ, ਇਸ ਕਰਕੇ ਕਰ ਦਿੱਤਾ ਵੀ ਭਰਤੀ ਪੂਰਤੀ ਹੋਣੀ ਹੈ 3 ਅਗਸਤ ਤੱਕ ਹੋ ਜਾਵੇ ਤੇ ਮੁੜ ਕੇ ਆਪਾਂ ਫੈਸਲਾ ਕਰ ਦਿਆਂਗੇ ਵੀ ਹੁਣ ਭਰਤੀ ਕੀ, ਹੁਣ ਕਾਹਦਾ ਫੈਸਲਾ ਸੁਣਵਾ। ਇਸ ਕਰਕੇ ਉਹਨਾਂ ਨੇ ਡੰਗ ਟਪਾਇਆ ਆਪਣਾ ਤੇ ਚਲੋ ਜਿੰਨੀਆਂ ਵੀ ਪਟੀਸ਼ਨਾਂ ਉਹ ਦਿੱਲੀ ਹਾਈ ਕੋਰਟ ਨੂੰ ਭੇਜ ਦੇ, ਦਿੱਲੀ ਕੋਰਟ ਹਾਈ ਕੋਰਟ ਅੱਗੇ ਫੈਸਲਾ ਕਰਦੀ ਰਹੂਗੀ। ਉਹ ਤੇ ਮੰਗ ਤੇ ਜਾਇਜ਼ ਉਹਨਾਂ ਦੀ ਬਕਾਇਦਾ ਤੌਰ ਤੇ ਅਗਨੀਪਥ ਤੇ ਤੁਸੀਂ 4 ਸਾਲ ਭਰਤੀ ਕਰਕੇ ਤੁਸੀਂ ਕਰਦੇ ਇਜ਼ਰਾਈਲ ਦਾ, ਤੁਸੀਂ ਕਰਦੇ ਫਰਾਂਸ ਦਾ, ਉਹਨਾਂ ਦੇਸ਼ਾਂ ਦੇ ਛੋਟੇ ਦੇਸ਼ ਨੇ, ਉਹਨਾਂ ਦਾ ਸਾਡੇ ਵਾਸਤੇ ਮੁਕਾਬਲਾ ਕਰਨਾ ਬੜਾ ਔਖਾ, ਸਾਡੀਆਂ ਹੱਦਾਂ ਬੜੀ ਲੰਮੀਆਂ, ਸਾਨੂੰ ਕਈ ਦੇਸ਼ਾਂ ਦੀ ਸਰਹੱਦ ਲੱਗਦੀ, ਇਸ ਕਰਕੇ ਤੁਸੀਂ ਉਹਨਾਂ ਦਾ ਮੁਕਾਬਲਾ ਨਾ ਕਰੋ, ਜੇ ਮੁਕਾਬਲਾ ਕਰੋਗੇ ਤੇ ਕਿਸੇ ਵੇਲੇ ਖਤਾ ਖਾਓਗੇ ਜਿੱਦਾਂ 1962 ਖਾਦਾ ਸੀ। ਇਸ ਕਰਕੇ ਜਿਹੜਾ ਉਹਨਾਂ ਨੇ ਭੇਜ ਦਿੱਤੀਆਂ ਨੇ, ਇਸੇ ਕਰਕੇ ਭੇਜੀਆਂ ਨੇ ਕਿ ਆਪੇ ਮਾਮਲਾ ਲਟਕ ਜੂਗਾ, ਤਰੀਕ ਪਊਗੀ, 2-4 ਦਿਨ ਫਾਈਨਲ ਦਿਨ ਚੱਲ ਜੂਗਾ, ਮੁੜ ਕੇ 3 ਤਰੀਕ ਤੱਕ ਭਰਤੀ ਭੁਰਤੀ ਫਿਰ ਕਰੋਗੇ, ਉੱਥੇ ਭਰਤੀ ਹੋਣੀ ਤਾਂ ਲੋੜ ਨਹੀਂ ਆ। ਚਲੋ, ਸਰਕਾਰਾਂ ਸਭ ਰਾਹ ਜਾਂਦੀਆਂ ਨੇ, ਜਿਹਨਾਂ ਨੇ ਕਹਿੰਦੇ ਹੁੰਦੇ ਸੁਥਣਾ ਸਮਾਈਆਂ ਨੇ। ਹਾਂਜੀ ਬਿਲਕੁਲ, ਇਹ ਕਹਾਵਤਾਂ ਨੇ ਜੀ, ਗੁੱਸਾ ਨਾ ਕਰਿਓ। ਸਰਦਾਰ ਸਿਮਰਜੀਤ ਸਿੰਘ ਮਾਨ ਚਰਚਾ ਦੇ ਵਿੱਚ ਨੇ, ਮਾਨ ਸਾਹਿਬ ਦਾ ਬਿਆਨ ਨਾ ਤਾਂ ਧਿਆਨ ਨਾ ਕਿਸੇ ਨੇ ਸੁਣਿਆ ਨਾ ਪੜ੍ਹਿਆ ਤੇ ਨਾ ਹੀ ਪੂਰਾ ਸ਼ੇਅਰ ਕੀਤਾ ਜਿਸ ਤੱਕ ਮੈਂ ਸਮਝਦਾ। ਪੱਤਰਕਾਰ ਨੇ ਸ਼ਰਾਰਤਕੁਨ ਸਵਾਲ ਕੀਤਾ, ਉਹਨਾਂ ਨੇ ਕਿਹਾ ਕਿ ਜਿਵੇਂ ਤੁਸੀਂ ਸਮਝਦੇ ਹੋ ਉਵੇਂ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਉਹ ਵੀ ਆਤੰਕਵਾਦੀ। ਚਲੋ, ਐਰ ਕੀ ਅੰਗਰੇਜ਼ ਲਫ਼ਜ਼ ਨਹੀਂ ਵਰਤਿਆ ਉਹਨੇ ਆਤੰਕਵਾਦੀ ਕਹਿ ਦਿੱਤਾ, ਪਰ ਜਦੋਂ ਉਹਨੂੰ ਪੁੱਛਿਆ ਜਾਊਗਾ, ਜਦੋਂ ਜਾਵੇਗੀ ਜਾਂ ਪੈਨ ਕਾਰਡ ਜਾਵੇਗਾ ਵਟ ਐਵਰ ਜੋ ਵੀ ਉਹਦਾ ਪਰੂਫ ਜਾਵੇਗਾ, ਸਬੂਤ ਜਾਵੇਗਾ, ਸਾਰਾ ਕੁਝ ਕੋਰਟ ਦੇ ਜਾਵੇਗਾ, ਚੱਕ ਕੇ ਪਗਾ ਕੇ ਮਾਰਨੀ ਅਗਲੇ ਨੇ ਫਾਈਲ, ਜਿਵੇਂ ਆ ਪੰਜਾਬ ਦੇ ਮੰਤਰੀ ਦੀ ਮਾਰੀ, 2005 ਮਾਰੀ। ਸਰਦਾਰ ਸਿਮਰਜੀਤ ਸਿੰਘ ਮਾਨ ਉਹਨਾਂ ਨੇ ਬਿਆਨ ਦੇ ਕੇ ਚਰਚਾ ਨਹੀਂ ਛੇੜੀ, ਪੱਤਰਕਾਰ ਨੇ ਸਵਾਲ ਪੁੱਛਿਆ, ਉਹਨਾਂ ਨੇ ਬਿਆਨ ਦਿੱਤਾ। ਚਲੋ, ਉਸ ਬਿਆਨ ਤੇ ਕਿੰਤੂ ਪਰੰਤੂ ਹੋ ਰਿਹਾ, ਪਰ ਜਿਹੜੀਆਂ ਲੀਰਾਂ ਕੱਢੀਆਂ ਜਾ ਰਹੀਆਂ ਨੇ, ਜਿਸ ਤਰੀਕੇ ਨਾਲ ਸੋਸ਼ਲ ਨੈਟਵਰਕ ਮੀਡੀਆ ਤੇ ਬੁੱਧੀਜੀਵੀ ਧੀਆਂ ਭੈਣਾਂ ਤੱਕ ਉੱਤਰ ਆਏ ਨੇ, ਲਾਹਨਤਾ ਯਾਰ ਤੁਹਾਡੀ ਇਹੋ ਜੀ ਉੜਾਇਆ ਜਾਣ ਤੇ ਮੈਂ ਦਿਖਾਊਂਗਾ, ਲਾਹਨਤਾ ਤੁਹਾਡੀ ਗੁਰਮੁਖੀ ਬੋਲਣ ਦਾ ਗਿਆਨ ਰੱਖਣ ਤੇ, ਲਾਹਨਤਾ ਜੋ ਤੁਸੀਂ ਇੰਨਾ ਨੀਚਾ ਗਿਰ ਗਏ ਹੋ, ਇੰਨਾ ਨੀਵਾਂ ਗਿਰ ਗਏ ਹੋ, ਬੋਲ ਕੇ ਵੀ ਤੇ ਚਾਹੇ ਜਿੱਦਾਂ ਵੀ ਆ, ਜਾਂ ਕੁਛ ਤੇ ਲੈ ਲਿਆ ਰੱਖੋ, ਥੋੜਾ ਬਹੁਤਾ ਤਾਂ ਰੱਖੋ, ਸ਼ਰਮ ਜਾ ਥੋੜੀ ਬਹੁਤੀ ਤਾਂ ਰੱਖੋ। ਇਹ ਨਹੀਂ ਕਿ ਤੁਹਾਨੂੰ ਇੱਕ ਮੰਚ ਮਿਲ ਗਿਆ, ਇਸ ਮੰਚ ਤੇ ਤੁਸੀਂ ਜੋ ਮਰਜ਼ੀ ਪੁੱਠੀਆਂ ਸਿੱਧੀਆਂ, ਪਹਿਲਾਂ ਤਾਂ ਜਿਹਨਾਂ ਦੀਆਂ ਫੋਟੋਆਂ ਲਾਈਆਂ ਹੁੰਦੀਆਂ ਨੇ, ਚਲੋ ਸੰਤ ਜਰਨੈਲ ਸਿੰਘ ਦੀਆਂ ਲਾਈਆਂ, ਭਗਤ ਸਿੰਘ ਦੀ ਲਾਈ, ਜਾਂ ਕਿਸੇ ਹੋਰ ਧਰਮ ਦੇ ਵੱਡੇ ਆਗੂ ਦੀ ਫੋਟੋ ਲਾ ਕੇ, ਤੇ ਜਿਹੜੀਆਂ ਭੇਡਾਂ ਨੇ ਉਹ ਵਿੱਚ ਲੁਕੀਆਂ ਹੁੰਦੀਆਂ ਨੇ, ਅਸਲੀ ਭੇਡਾਂ, ਹਾਂਜੀ, ਜਿਹੜੀਆਂ ਆਈਟੀ ਸੈੱਲ ਦੀਆਂ ਭਰਤੀ ਕੀਤੀਆਂ, ਆਈਡੀ ਦਾ ਪਤਾ ਹੀ ਨਹੀਂ ਹੁੰਦਾ, ਦੇ ਤੇੜੇ ਦੀ ਹੜਕੰਮ ਮਚਾਇਆ ਹੋਇਆ, ਨਾ ਭਗਤ ਸਿੰਘ ਨੂੰ ਬਖਸ਼ਿਆ, ਨਾ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਬਖਸ਼ਿਆ। ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਨਿੰਦਣ ਵਾਸਤੇ ਕੀ ਸਿਰਫ ਨਾਨਾ ਰੂੜ ਸਿੰਘ, ਤੇ ਨਾਨਾ ਰੂੜ ਸਿੰਘ ਦਾ ਉਹਨੇ ਜੋ ਬਿਆਨ ਦਿੱਤਾ ਉਹ ਮੈਂ ਉਹਦੇ ਨਾਲ ਸਹਿਮਤ ਨਹੀਂ ਆਈ ਜੀ, ਹੇ ਠੰਡਾ ਕਰਨਾ ਸੀ, ਠੰਡਾ ਇੱਦਾਂ ਨਹੀਂ ਹੁੰਦਾ, ਨਾ ਤੇ ਉਹਨੇ ਬੰਬ ਸੁੱਟਣੇ ਸੀ, ਨਾ ਉਹ ਸੁੱਟਣ ਨੂੰ ਯੋਗਾ ਸੀਗਾ, ਹਾਂਜੀ, ਜੇ ਸੁੱਟ ਵੀ ਦਿੰਦਾ ਤੇ ਆਪੇ ਕੌਮ ਬਦਲਾ ਲੈਂਦੀ, ਤੁਸੀਂ ਕਿਵੇਂ ਸਰੂਪਾ ਉਹ ਦੇ ਕੇ ਠੰਡਾ ਕਰ ਲਿਆ ਜੀ, ਸਰੂਪੇ 'ਚ ਇੰਨੀ ਠੰਡ ਆ, ਹੋ ਸਕਦਾ ਹੁਣ ਤੁਸੀਂ ਆਪਣੇ ਪਹਿਲੇ ਬਿਆਨ ਤੋਂ ਬਦਲਦੇ ਪਏ ਹੋ, ਹਾਂਜੀ, ਚਲੋ ਜੋ ਵੀ ਆ ਤੁਸੀਂ ਚਰਚਾ ਦੇ ਵਿੱਚ, ਪਰ ਇਸ ਨੇ ਪੱਟੀ ਸਾਹਿਬ ਰਾਤੀ ਵੀ ਗੱਲ ਕੀਤੀ ਸੀ, ਸ਼ਹੀਦ ਭਗਤ ਸਿੰਘ ਨੇ, ਭਗਤ ਸਿੰਘ ਰੈਣਾ ਜਿਨ੍ਹਾਂ ਦੀ ਨਗਾਹ ਦੇ ਵਿੱਚ ਸ਼ਹੀਦ ਆ, ਠੀਕ ਹੈ, ਬਿਲਕੁਲ ਬਿਲਕੁਲ, ਤੇ ਅਜੇ ਤੱਕ ਸਵਾਲ ਤਾਂ ਆ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਜਿਸ ਦੇਸ਼ ਵਾਸਤੇ ਕਹਿੰਦੇ ਫਾਂਸੀ ਦਾ ਰੱਸਾ ਚੁੰਮ ਕੇ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ ਵੀ ਓਨੇ ਹੀ ਸ਼ਹੀਦ ਨੇ, ਓਨੇ ਹੀ ਮਹਾਨ ਸ਼ਹੀਦ ਨੇ, ਉਹ ਵੀ ਸ਼ਹੀਦੇ ਆਜ਼ਮੀ ਨੇ, ਉਹਨਾਂ ਨੂੰ ਸਾਈਡ 'ਤੇ ਕਰਕੇ ਭਗਤ ਸਿੰਘ ਨੂੰ ਉਭਾਰਨਾ ਅਤੇ ਅਜੇ ਤੱਕ ਭਾਰਤ ਦੇ ਵਿੱਚ ਉਹਨਾਂ ਨੂੰ ਸ਼ਹੀਦ ਦਾ ਦਰਜਾ ਨਾ ਮਿਲਣਾ, ਸਭ ਤੋਂ ਵੱਡੀ ਤਲਾਨ ਤਾਂ ਇਹ ਆ, ਆ ਜਿਹੜੇ ਟਪੂਸੀਆਂ ਮਾਰਦੇ ਫਿਰਦੇ ਨੇ ਚਾਹੇ ਕਿਸੇ ਵੀ ਪਾਰਟੀ ਨਾਲ ਰਿਲੇਟਡ ਹੋਣ, ਜਾ ਕੇ ਲਿਆਓ ਮਤਾ ਪਾਓ ਪਾਰਲੀਮੈਂਟ ਦੇ ਵਿੱਚ, ਅੱਜ ਉਹਨੂੰ ਕੌਮੀ ਯੋਧਾ ਤਿੰਨਾਂ ਨੂੰ ਜਿਹੜਾ ਵਾ ਸ਼ਹੀਦ ਕਰੋ ਕਰਾਰ, ਊਧਮ ਸਿੰਘ ਦੀ ਕੁਰਬਾਨੀ ਘੱਟ ਆ, ਕਰਤਾਰ ਸਿੰਘ ਛੋਟੇ ਬਾਬੇ ਦੀ ਕੁਰਬਾਨੀ ਘੱਟ ਆ, ਹੋਰ ਕਿੰਨੇ ਗਦਰੀ ਬਾਬੇ ਨੇ ਜਿਨ੍ਹਾਂ ਨੇ ਕਾਲੇ ਪਾਣੀ ਦੇ ਜੇਲ੍ਹਾਂ ਦੇ ਵਿੱਚ ਜਿਨ੍ਹਾਂ ਨੂੰ ਵਾਪਸ ਆਉਣ ਦਾ ਮੌਕਾ ਨਹੀਂ ਮਿਲਿਆ, ਭਗਤ ਸਿੰਘ ਦਾ ਪਿਛੋਕੜ ਤੇ ਹੁਣ ਜਿਹੜਾ ਆਪਾਂ ਪੜ੍ਹਿਆ ਸੀ ਕੁਝ ਹੋਰ ਵੀ ਲੋਕਾਂ ਨੇ ਕੱਢ ਕੇ ਤੱਥਾਂ ਦੇ ਆਧਾਰ ਤੇ ਰੱਖ ਦਿੱਤਾ ਵੀ ਆਹ ਚੱਕੋ, ਇਹ ਕਿਹੜੀ ਸੋਚ ਦਾ ਮਾਲਕ ਸੀ, ਮੈਂ ਜੀ 21-22 ਸਾਲ ਦੀ ਉਮਰ ਦੇ ਵਿੱਚ ਕਦੀ ਇੱਧਰ ਕਦੀ ਇੱਧਰ ਤੇ ਕਦੀ ਉੱਧਰ, ਹਾਂਜੀ ਚਲੋ ਸ਼ਹਾਦਤ ਦਾ ਜਾਮ ਪੀਤਾ, ਸਜਦਾ ਕਰਦੇ ਹਾਂ, ਬਟ
जिस तरीके दे नाल सरदार सिमरजीत सिंह मान होना दी दस्तार ते दस्तार ला के लियाउण वाला भी दस्तार सजा के बयान देवे ते लानत नहीं। बिल्कुल जी बिल्कुल, फिर हाथ जोड़ के माफी मांगदी है, दस्तार तेरे को ते लैणी नहीं ते तेरा भावे को आके मतलब लत बां तोड़ जावे, फिर कहना मैनूं सिक्योरिटी दो। उधर भाजपा की दिल्ली की इकाई की जिहड़ी महिला जनरल सकत्तर है दीना कपूर, मान के खिलाफ मामला दर्ज कराया। मान साहब के खिलाफ मामला दर्ज करवाने तो पहला बीबी दिल्ली के जो पढ़ाया जाता हिंदी पढ़ लेनी होनी है, इंग्लिश पढ़ लेनी होनी है, उसके की लिखा वो पढ़ ला भगत सिंह बारे, फिर गांह तुरी। हाँ जी, की कहना चाहोगे? देखो जी गल मान साहब जी जी बंदा है जसवंत सिंह पाटड़ा पालटा नौजवान ने मार्च कड़िया भगत सिंह शहीद है, मानसा का बयान गलत आके अनाउंस कर दिता की जेड़ा मानसा मान दी दसार लाख लेगा तो मूह पिछत्र मार के लख एक हजार ਤੁਹਾਡੀ ਮਾਂ ਨੇ ਤੁਹਾਨੂੰ ਦੁੱਧ ਨਹੀਂ ਪਿਆਇਆ, ਉਹਦੇ ਚ ਖਾਬੀ ਹੈ ਕੋਈ? ਤੁਸੀਂ ਜਾ ਕੇ ਚੁੱਕੋ ਉਹਨਾਂ ਨੂੰ, ਇੱਕ ਕਦਮ ਤੁਸੀਂ ਚੁੱਕੋ। ਮਾਵਾਂ ਦੇ ਪੁੱਤਾਂ ਨੂੰ ਕੋਈ ਪੰਜ ਪੰਜ ਰੱਖ ਦਿੰਦੇ ਹੋ, ਪਹਿਲਾਂ ਖਾਤੇ ਚੈੱਕ ਕਰ ਲੈ ਹੈਗੇ ਵੀ ਵਿੱਚ। ਪਹਿਲੀ ਗੱਲ ਤੇ ਇਹ ਆ ਕਿ ਪੱਗ ਦੇ ਇਸ਼ੂ ਨੂੰ ਇਸ ਤਰੀਕੇ ਨਾਲ ਉਭਾਰਿਆ ਨਹੀਂ ਜਾਣਾ ਜੀ, ਪੱਗ ਦਾ ਬੜਾ ਸੈਂਸਿਟਿਵ ਇਸ਼ੂ ਹੈ। ਫਿਰ ਤੁਸੀਂ ਉਸ ਬੰਦੇ ਦੀ ਪੱਗ ਦੀ ਗੱਲ ਕਰਦੇ ਹੋ ਜਿਹੜਾ ਅਮਰਧਾਰੀ ਸਿੰਘ, ਉਹਨੂੰ ਬਰਦਾਸ਼ਤ ਕਰੂਗਾ? ਤੁਸੀਂ ਬਰਦਾਸ਼ਤ ਨਹੀਂ ਕਰਨਾ, ਬਾਕੀ ਗੱਲਾਂ ਪਿੱਛੇ ਰਹਿ ਜੀ ਮੁੱਕੀ ਉੱਥੇ। ਇਸ ਕਰਕੇ ਉਹਨੇ ਆਪਣੀ ਮਾਫ਼ੀ ਮੰਗ ਲਈ ਆ। ਅਸੀਂ ਤੇ ਕਹਿੰਦੇ ਵੀ ਜਿਹੜੀ ਵਿਚਾਰਾਂ ਦੀ ਲੜਾਈ ਵਿਚਾਰਾਂ ਨਾਲ ਲੜ ਲਓ ਕੋਈ ਗੱਲ ਨੀ, ਸਮਾਜ ਤੇ ਚੱਲੋ ਕੋਈ ਗੱਲ ਨੀ, ਇਹੋ ਜਿਹੇ ਕੰਮ ਨਾ ਕਰੋ ਜਿਹੜੇ द्रौपदी मुर्मू है उह तां राष्ट्रपति लगभग जो उन्हां दी कैलकुलेशन है कैलकुलेट कीता उहदे नाल उह अगां वधदे नजर आ रहे ने। उहनां दे आदिवासी औरत राम पैरी नूं इंसाफ मिलन दी आस बच सकदी है? सवाल तो यह भी उठते हैं कि इसे अहदे तक पहुँचने वाली तो उदो पहला वक् वक् अहद्या पहुँचने वाली द्रौपदी मुर्मू, मैं नहीं कह रहा, अखबार सवाल उठा रही ने कि पिंड तक लाटू नहीं बजा अज तक, बिजली नहीं गई पिंड, लाटू नहीं बलिया, पिंड की पहली ग्रेजुएट कुड़ी है। दूसरी चीज जदों जदों भी वेखो जदों सिखा ते हमला होया बड़ा वड्डा हमला है तो देश का राष्ट्रपति कौन सीगा? जदों 2002 दे विच बकायदा तौर ते मुसलमान दे हमले उन्होंने कतले होया ते मुड़के राष्ट्रपति कौन बनाया? मुसलमान। जे दलता ते हमले होए आ ते कौन बनाया? जिहड़े मौजूदा राष्ट्रपति साडे। इस करके राष्ट्रपति का पद वाकई मोहर हैगी है, तो उम्मीद नहीं कि बीबी द्रौपदी मुर्मू जी राम प्यारी को इंसाफ लेके दे। राम प्यारी कौन? मध्य प्रदेश की आदिवासी कबीले की लेडी है, तो इन्हों को 5-6 जी बिघे जमीन वे सरदारा ने कब्जा कर लिया, वो पुलिस को गए सारे को गए भी जमीन साड़ी है, साड़ी जमीन छड़ा क्योंकि छड़ाई किसी ने वो आप चली गई, उन्होंने रोकया कि जमीन साड़ी तुम गलत कर रहे। उन्होंने उस बीबी जीवनी डीजल पा के साड़ दिता जी 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 जी, अजे तक इंसाफ नहीं मिलया। हम यही आज की जाती बीबी जी तुम राष्ट्रपति बन जाना, 25 तुम पहुंच चुकनी है, 26 को कार्रवाई शुरू कर दे कि राम प्यारी भी शायद तुहाडे करके कोई इंसाफ है। अजे तक मुकदमा दर्ज नहीं होया। मनोरिटी के भावे राष्ट्रपति बना दो भावे प्रधानमंत्री बना दे, मनोरिटी को इंसाफ नहीं मिलना, दुनिया में कितने नहीं मिलना, इतने कितने मिलना जी जी। इस करके जी गल यही गल असं कहने कि शायद बीबी द्रौपदी मुर्मू ने बड़ी कबीले वाले कई खुशी मनाई कि साड़ी ग्रामीण कबीले की पहली जी राष्ट्रपति बनने की चंगी गल बन जाए, चंगी गल,
लेकिन ये गल है की उन्होंने इंसाफ दवा सकती थी दवा क्योंकि ना ज्ञानी जैल सिंह साहब दवा सके सिखा ना डॉक्टर कोविंद दवा सके ने ना साडे जिहड़ी जी बकायदा तौर ते जिहड़े पहले बने सी अब्दुल कलाम ओह दवा सके मुसलमान ने इंसाफ दवा जी टेलीपैथी इहनू कहिंदे आ मेरे मन दी पढ़ ली भी सरदार ज्ञानी जैल सिंह होना राष्ट्रपति तुसी कहा कि दरबार साहब के तहत बाद बनाया पहला बनाया गया जिस तरीके दे नाल हालात सीगे कि उन्होंने अज तक इंसाफ दवाता उह ते वेखण वाली गल आ बाकी दे भी सवाल जिहड़े ने खैर नहीं वे 9058131320 गल वक्री है कि सिद्धवा साहब उन्होंने भरा दे पोते जिहड़े ने इस वक्त विधानसभा दे विच चंगी पोजीशन दे ने उन्होंने भरा दे पोतरे ने पोतरे ने धन खाट मैं भरा दे पोतरे ही कहा जी 9058131320 कोई धार्मिक लिटरेचर फड़िया जाए तो जमानतां नहीं हुंदियां सीधी जेल उम्र कैद तक नूपुर शर्मा नूं सुप्रीम कोर्ट ने दित्ती सुरक्षा 10 अगस्त तक लगाई गिरफ्तारी ते रोक की कहना चाहो पहली गल ते अगे कड़ी दी गिरफ्तारी होंदी ओदे 15 तो लैके 20 परचे वख वख स्टेटस दर्ज दे दे जिहड़ी पहली टिप्पणी सुप्रीम कोर्ट ने कीती सी ओह बड़ी ठोक के कीती सी ओहदी बड़ा चर्चा कीती सी बीजेपी ओहना ने कहा सी बीबी तेनू खतरा तू तो सारे देश नू खतरे च पाया तू खतरे की गल करदी तेरी वजह के सारा देश खतरे च पाया इस वेले जो ये टिप्पणी की बीजेपी चलो मेरे केस खारज ना करो कोई गल नहीं केस दिल्ली की किसी अदालत में सारे कंबाइन करके एक जगह कर हुण ओहदी पटीशन की सुनवाई की सुप्रीम कोर्ट ने ते अज उहनूं बकायदा तौर ते सिक्योरिटी भी दे दित्ती गई सिक्योरिटी चंगी मेरे को हैगी सी सरकार बीजेपी की उत्थे सिक्योरिटी देती दे नाल 10 तरीक तक जिन्नियां सरकार ने परचे दित्ते कीते सारयां नूं नोटिस भेजदा वी भाई आपको अपने परचे लैके आओ तुहाडे कोल की तुसीं दर्ज कीता ते उम्मीद है कि आने वाले दिन 10 तरीक तों बाद जदों भी सुनवाई होएगी उदों ओह आर्डर कीते जाणगे कि इहनां सारयां दी सुनवाई दिल्ली दी फलानी कोर्ट जी ਉਹਨੂੰ ਰੱਦ ਦਿੱਤੀ ਜਾਏਗੀ ਹੋਰ ਕਿਸੇ ਮਿਲੇ ਨਾ ਫਿਰ ਵੱਖਰੀ ਗੱਲ ਜੁਬੈਰ ਖਾਨ ਦੇ ਖਿਲਾਫ 4 ਕੇਸ ਵੀ ਝੂਠੇ ਦਰਜ ਕਰ ਲਏ ਯੂਪੀ ਦੇ ਵਿੱਚ ਚਲੋ ਕੋਰਟ ਨੇ ਰੋਕ ਲਾ ਦਿੱਤੀ ਪੀ ਦੇ ਤੇ ਜੇ ਕੇਸ ਦੀ ਕਾਰਵਾਈ ਨਾ ਕੀਤੀ ਜਾਵੇ ਵੱਖਰੀ ਗੱਲ ਹੈ ਲੇਕਿਨ ਉਹਨੂੰ ਵਿਚਾਰੇ ਨੂੰ ਬੇਵਜ੍ਹਾ 2018 ਦਾ ਕੇਸ ਕੱਢ ਕੇ ਅੰਦਰ ਸੁੱਟਿਆ ਚੁੰਗੀ ਬੱਕਰੀ ਬਣਾਤਾ ਡਾਕਾ ਤੇ ਮਾੜੀ ਹੋਈ ਅਮਲੀ ਨਾਲ ਕੀ ਸੁਣਿਆ ਹੋਣਾ ਤੁਸੀਂ ਬੱਕਰੀ ਬੜੀ ਮਸ਼ਹੂਰ ਆ ਪਾਰਟੀ ਸਾਹਿਬ ਬੱਕਰੀ ਬੜੀ ਭੈੜੀ ਆ अजक भेडा मशहूर ने बकरी भैड़ी आ मेंगना पा के दुध दिंदी आ बकरी वाले चन्नी दियां मुश्किलां वधियां भतीजे ते एक होर केस दर्ज विदेश तों वापस आउण नूं लगियां ब्रेकां की कहना चाहोगे बेसिकली उहनां दा जिहड़ा भुपिंदर सिंह हनी भतीजा जां भणे वाला ओहदे ते इह वी दोष लग्गा सी कि उहदी बकायदा तौर ते बिजनेस जान कीती कि इहनां माइनिंग नहीं कराई ਵੱਡੇ ਪੱਧਰ ਤੇ ਮਾਈਨਿੰਗ ਕਰੀ 111 ਦਿਨ ਮਿਲੇ ਸੀ ਨਾ ਸੋਚਿਆ ਵੀ ਕੰਮ ਕੋਈ ਰਹਿ ਨਾ ਜਾਵੇ ਚੱਕ ਦੋ ਫੱਟੇ ਕੋਈ ਗੱਲ ਚਲੋ ਖੈਰ ਉਹ ਤੇ ਜਾਇਜ਼ ਦਾ ਵਿਸ਼ਾ ਜੀ ਹੋਣ ਉਹਦੇ ਵਿੱਚ ਉਹਨਾਂ ਨੇ ਨੋਟਿਸ ਜਾਰੀ ਕਰਤਾ ਫਿਰ ਭੁਪਿੰਦਰ ਸਿੰਘ ਅੱਗੇ ਜ਼ਮਾਨਤ ਤੇ ਬਾਹਰ ਅੱਗੇ ਨੋਟਿਸ ਜਾਰੀ ਕਰਤਾ ਕਿ ਇਸ ਦਿਨ ਆ ਕੇ ਡਿਜੀ ਦੇ ਦਫ਼ਤਰ ਤੇ ਪੇਸ਼ ਹੋ ਤੁਹਾਨੂੰ ਪਤਾ ਹੋਏਗਾ ਜਿਹੜਾ ਗਿਲਚੀਆ ਦੇ ਭਤੀਜੇ ਜਿਹੜਾ ਹੈਗਾ ਮੁੰਡਾ ਉਹਦੇ ਕੋਲ ਪੈਸੇ ਦੇਣ ਹੁੰਦਾ ਸੀ ਬਿੰਦਰ ਉਹਨੂੰ ਵੀ ਨੋਟਿਸ ਸੱਦ ਕੇ ਬੁਲਾਇਆ ਸੀ ਕਿ ਆ ਕੇ ਪੇਸ਼ ਹੋ ਤੇਰੇ ਬਿਆਨ ਕਲਮਬੰਦ ਕਰਨੇ ਮੁੜ ਕੇ ਅਰੈਸਟ ਕਰ ਲਿਆ ਹੁਣ ਇਹਨੂੰ ਵੀ ਕਹਿ ਤਾ ਵੀ ਆ ਕੇ ਪੇਸ਼ ਹੋ ਤੇਰੇ ਬਿਆਨ ਕਲਮਬੰਦ ਕਰਨੇ ਵੀ ਤੇਰਾ ਇੱਥੇ ਨਾ ਉਹਦਾ ਕੀ ਮਾਇਨੇ ਨੋਟਿਸ ਜਾਰੀ ਹੋ ਗਿਆ ਨੋਟਿਸ ਜਾਰੀ ਕਰਨ ਤੋਂ ਬਾਅਦ ਨਾਲ ਕੁਦਰਦੀਪ ਸਿੰਘ ਜਿਹੜਾ ਇਹਦਾ ਦੋਸਤ ਆ ਉਹ ਜੇਲ੍ਹ ਚ ਉਹਨੂੰ ਲਿਆਂਦਾ ਜਾਊਗਾ ਉਹਦੇ ਸਾਹਮਣੇ ਭਰਾਇਆ ਜਾਊਗਾ ਕਿ ਉਹਦੀ ਇੰਟਰੋਗੇਸ਼ਨ ਸਭ ਕੁਛ ਆਇਆ ਸੀਗਾ ਕਿ ਇਹ ਮਾਇਨਿੰਗ ਵੀ ਕਰਦਾ ਜੀ 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 ਉਹਦੇ ਸਾਹਮਣੇ ਬਿਠਾ ਕੇ ਜੇ ਗੱਲ ਕਨਫਰਮ ਹੋਈ ਤੇ ਨੈਚੁਰਲੀ ਫਿਰ ਇੱਕ ਵੀ ਜੇਲ੍ਹ ਯਾਤਰਾ ਫਿਰ ਕਰਨੀ ਚਾਹੀਦੀ ਜੀ ਪਾਟੀ ਸਾਹਿਬ ਕਿੰਨੇ ਕੇਸ ਬੰਦੇ ਇਹ ਤੇ ਪਤਾ ਨਹੀਂ ਬਾਕੀ ਤੁਹਾਨੂੰ ਸਮਝ ਸੁਣੇ ਬਹੁਤ ਸ਼ੁਕਰੀਆ ਬੜਾ ਅੱਛਾ ਲੱਗਾ ਧੰਨਵਾਦ ਸ਼ਾਮ ਨੂੰ ਫੇਰ ਮਿਲਦੇ ਹਾਂ ਜੀ ਸ਼ੁਕਰੀਆ ਸਤਿ ਸ਼੍ਰੀ ਅਕਾਲ
ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।